ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਦਿਲਜੋਤ ਪਨਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਲੈ ਕੇ ਆਏ ਹਾਂ ਜੀ 11th ਕਲਾਸ ਦਾ ਹਿਸਟਰੀ ਦਾ ਪੇਪਰ, ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਠੀਕ ਹੈ, 80 ਨੰਬਰ ਦਾ ਤੁਹਾਨੂੰ ਪੇਪਰ ਹੋਊਗਾ, 27 ਨੰਬਰ ਹੋਣਗੇ ਤੁਹਾਨੂੰ ਪਾਸ ਹੋਣ ਲਈ, 3 ਘੰਟੇ ਹੋਣਗੇ ਜੀ ਤੁਹਾਨੂੰ ਪੇਪਰ ਦੇਣ ਲਈ। ਅਤੇ ਹਜੇ ਤੱਕ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਕਰਕੇ ਰੱਖ ਲਿਓ। ਚਲੋ ਕਰਦੇ ਹਾਂ ਵੀਡੀਓ ਸਟਾਰਟ। ਇਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਪੈਟਰਨ ਅਲੱਗ ਦਿਸੂਗਾ, ਬਟ ਆਪਾਂ ਸਹੀ ਕਰ ਲਾਂਗੇ। ਜਿਵੇਂ ਸ਼ੁਰੂ ਵਿੱਚ ਆ ਜੂਗਾ ਜੀ, ਸਿੰਧ ਘਾਟੀ ਸੱਭਿਅਤਾ ਦਾ ਵਿਸ਼ਾਲ ਇਸ਼ਨਾਨ ਘਰ ਕਿਸ ਨਗਰ ਵਿੱਚ ਆ? ਠੀਕ ਹੈ, ਸੋ ਕਿਹੜੇ ਨਗਰ 'ਚ ਸੀਗਾ ਜੀ? ਸੋ ਇਹਦਾ ਆਂਸਰ ਹੈਗਾ ਜੀ ਮੋਹਨ ਜੋਦੜੋ। ਨੈਕਸਟ ਆ ਜੂਗਾ ਜੀ, ਆਰਿਆ ਦੇ ਮੂਲ ਨਿਵਾਸ ਸਥਾਨ ਸੰਬੰਧੀ ਮੱਧ ਏਸ਼ੀਆ ਦਾ ਸਥਾਂਤ ਕਿਸ ਵਿਦਵਾਨ ਨੇ ਕੀਤਾ ਸੀਗਾ? ਠੀਕ ਹੈ, ਕਿਹਨੇ ਕੀਤਾ ਸੀ? ਪ੍ਰੋਫੈਸਰ ਮੈਕਸ ਮੂਲਰ ਨੇ। ਚਲੋ ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਹੈਗਾ ਜੀ, ਤ੍ਰਿਰਤਨ ਦਾ ਸਿਧਾਂਤ ਕਿਸ ਧਰਮ ਨਾਲ ਸੰਬੰਧਿਤ ਆ? ਠੀਕ ਹੈ, ਸੋ ਕਿਹੜੇ ਧਰਮ ਨਾਲ? ਜੈਨ ਧਰਮ ਨਾਲ। ਨੈਕਸਟ ਹੈਗਾ ਜੀ, ਅਰਥ ਸ਼ਾਸਤਰ ਪੁਸਤਕ ਦਾ ਲੇਖਕ ਕੌਣ ਸੀ? ਠੀਕ ਹੈ, ਕੌਣ ਸੀਗਾ ਜੀ? ਕੌਟਿਲਯ। ਨੈਕਸਟ ਕਰਦੇ ਹਾਂ ਜੀ, ਕਿਸ ਸ਼ਾਸਕ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ? ਠੀਕ ਹੈ, ਸੋ ਕਿਹਨੂੰ ਕਿਹਾ ਜਾਂਦਾ ਵਾ? ਸਮੁੰਦਰ ਗੁਪਤ ਨੂੰ। ਨੈਕਸਟ ਕਰਦੇ ਹਾਂ ਜੀ, ਹਰਸ਼ ਵਰਧਨ ਕਦੋਂ ਸਿੰਘਾਸਨ 'ਤੇ ਬੈਠਿਆ ਸੀ? ਸੋ ਕਦੋਂ ਬੈਠਾ ਸੀਗਾ? 1606 ਈਸਵੀ ਵਿੱਚ। ਨੈਕਸਟ ਕਰਦੇ ਹਾਂ ਜੀ, ਨੈਕਸਟ ਹੈਗਾ ਜੀ, ਮਹਿਮੂਦ ਗਜਨਵੀ ਨੇ ਭਾਰਤ 'ਤੇ ਕਿੰਨੇ ਹਮਲੇ ਕੀਤੇ? ਕਿੰਨੇ ਹਮਲੇ ਕੀਤੇ ਜੀ? 17 ਹਮਲੇ ਕੀਤੇ। ਨੈਕਸਟ ਕਰਦੇ ਹਾਂ ਜੀ, ਅਤੇ 8ਵਾਂ ਦੇਖ ਲਓ, ਲਹੂ ਅਤੇ ਲੋਹੇ ਦੀ ਨੀਤੀ ਕਿਸ ਸੁਲਤਾਨ ਨੇ ਅਪਣਾਈ? ਠੀਕ ਹੈ, ਸੋ ਕਿਹੜੇ ਸੁਲਤਾਨ ਨੇ ਅਪਣਾਈ ਸੀਗੀ ਜੀ? ਬਲਬਨ ਨੇ। ਨੈਕਸਟ ਕਰਦੇ ਹਾਂ ਜੀ, ਭਗਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ? ਠੀਕ ਹੈ, ਭਗਤ ਕਬੀਰ ਜੀ ਦਾ ਜਨਮ ਹੋਇਆ ਸੀਗਾ ਜੀ ਬਨਾਰਸ 'ਚ। ਨੈਕਸਟ ਕਰਦੇ ਹਾਂ ਜੀ, ਨੈਕਸਟ ਹੈਗਾ, ਬੰਦੀ ਛੋੜ ਬਾਬਾ ਕਿਸ ਨੂੰ ਕਿਹਾ ਜਾਂਦਾ? ਠੀਕ ਹੈ, ਸੋ ਕਿਸ ਨੂੰ ਕਿਹਾ ਜਾਂਦਾ ਜੀ? ਗੁਰੂ ਹਰਗੋਬਿੰਦ ਸਿੰਘ ਜੀ ਨੂੰ। ਨੈਕਸਟ ਕਰਦੇ ਹਾਂ ਜੀ, ਪਾਣੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿੱਥੇ ਹੋਈ? ਠੀਕ ਹੈ, ਸੋ ਪਾਣੀਪਤ ਦੀ ਲੜਾਈ ਪਾਣੀਪਤ 'ਚ ਹੋਊਗੀ, ਮੈਂ ਗਲਤ ਬੋਲਤਾ, 1526। ਠੀਕ ਹੈ, ਸੋ ਹੋਈ ਸੀਗੀ, ਅਤੇ ਦੂਜੀ ਹੋਈ ਸੀਗੀ ਜੀ ਆਪਣੀ 1556, ਅਤੇ ਤੀਜੀ ਹੋਈ ਸੀ 1671 ਸਾਈਡ। ਸੋ ਨੈਕਸਟ ਦੇਖਦੇ ਹਾਂ, ਮੁਗਲ ਕਾਲ ਸਮੇਂ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ? ਸੋ ਕੀ ਕਿਹਾ ਜਾਂਦਾ ਸੀਗਾ ਜੀ? ਵਕੀਲ। ਨੈਕਸਟ ਕਰਦੇ ਹਾਂ ਜੀ, ਨੈਕਸਟ ਆ ਜੂਗਾ ਜੀ ਆਪਣਾ, ਸ਼ਿਵਾਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਠੀਕ ਹੈ, ਸੋ ਕਿੱਥੇ ਹੋਇਆ ਜੀ ਸ਼ਿਵਾਜੀ ਦਾ ਜਨਮ? 1627 ਵਿੱਚ ਹੋਇਆ ਸੀਗਾ ਜੀ। ਸੋ ਨੈਕਸਟ ਕਰਦੇ ਹਾਂ ਜੀ, ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਕੀ ਸੀ? ਠੀਕ ਹੈ, ਸੋ ਕੀ ਸੀਗੀ ਜੀ? ਲੋਹਗੜ੍ਹ ਦਾ ਕਿਲ੍ਹਾ। ਸੋ ਇੱਥੇ ਤੁਹਾਨੂੰ ਲੱਗੀ ਹੋਈ ਹੈ ਟਿਕ। ਸੋ ਨੈਕਸਟ ਕਰਦੇ ਹਾਂ ਜੀ, ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦੇ ਸੀਗੇ? ਠੀਕ ਹੈ, ਕਿਸ ਮਿਸਲ ਨਾਲ ਸੰਬੰਧ ਰੱਖਦੇ ਸੀਗੇ? ਸ਼ੁਕਰਚੱਕਰੀਆ। ਨੈਕਸਟ ਹੈਗਾ ਜੀ, ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਸੰਸਥਾਪਕ ਕੌਣ ਸੀ? ਠੀਕ ਹੈ, ਸੋ ਇਹਦਾ ਆਂਸਰ ਹੈਗਾ ਜੀ ਲਾਰਡ ਕਲਾਈਵ। ਨੈਕਸਟ ਆਜੂਗਾ ਜੀ, ਬੰਗਾਲ ਵਿੱਚ ਸਥਾਈ ਬੰਦੋਬਸਤ ਕਿਸ ਨੇ ਲਾਗੂ ਕੀਤਾ ਸੀ? ਠੀਕ ਹੈ, ਸੋ ਕਿਹਨੇ ਕੀਤਾ ਸੀ? ਲਾਰਡ ਕਾਰਨਵਾਈਲਸ ਨੇ। ਨੈਕਸਟ ਆਜੂਗਾ ਜੀ, ਬ੍ਰਹਮੋ ਸਮਾਜ ਦੇ ਮੋਢੀ ਕੌਣ ਸਨ? ਠੀਕ ਹੈ, ਸੋ ਕੌਣ ਸਨ ਜੀ? ਰਾਜਾ ਮੋਹਨ ਰਾਏ। ਨੈਕਸਟ ਆਜੂਗਾ ਜੀ, 1857 ਦੇ ਵਿਦਰੋਹ ਦੇ ਤਤਕਾਲੀ ਕਾਰਨ ਕੀ ਸੀ? ਠੀਕ ਹੈ, ਸੋ ਕੀ ਕਾਰਨ ਸੀਗੇ ਕਿ ਇਹ ਜਲਦੀ ਹੋਇਆ? ਕਿਉਂਕਿ ਚਰਬੀ ਵਾਲੇ ਕਾਰਤੂਸ ਵਰਤਣ ਲੱਗ ਗਏ ਸੀ, ਮਤਲਬ ਗੋਲੀਆਂ ਹਿੰਦੂਆਂ ਨੂੰ ਦੇਣ ਲੱਗ ਗਏ ਸੀ, ਮੱਝਾਂ ਦੀਆਂ ਜਿਹਨੂੰ ਉਹ ਮਾਤਾ ਮੰਨਦੇ ਸੀ, ਅਤੇ ਮੁਸਲਮਾਨਾਂ ਨੂੰ ਉਹਨਾਂ ਦੀਆਂ ਸੂਰਾਂ ਦੀਆਂ, ਜਿਸ ਕਰਕੇ ਇਹ ਵਿਦਰੋਹ ਹੋਇਆ। ਨੈਕਸਟ ਹੈਗਾ ਜੀ, ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ? ਸੋ ਇਹਦਾ ਆਂਸਰ ਹੈਗਾ ਜੀ 1928 ਵਿੱਚ। ਨੈਕਸਟ ਕਰਦੇ ਹਾਂ, ਅਤੇ ਨੈਕਸਟ ਆਜੂਗਾ ਜੀ ਆਪਣਾ ਖਾਲੀ ਥਾਵਾਂ, ਜੋ ਕਿ ਹੋਣਗੀਆਂ 10 ਨੰਬਰਾਂ ਦੀਆਂ, ਜਿਵੇਂ ਇੱਥੇ ਲਿਖਿਆ ਹੋਇਆ ਵਾ। ਸੋ ਅਲੱਗ ਵੀ ਹੋ ਸਕਦਾ ਪੈਟਰਨ ਤੁਹਾਡੇ ਸਤੰਬਰ ਦੇ ਪੇਪਰ ਦੇ ਹਿਸਾਬ ਨਾਲ।
ਸੋ ਨੈਕਸਟ ਹੈਗਾ ਜੀ ਆਪਣਾ ਡੈਸ਼ ਆ ਰਿਹਾ ਤਾਂ ਸਭ ਤੋਂ ਪੁਰਾਣਾ ਗ੍ਰੰਥ ਹੈ ਵੇਦ ਹੈ, ਠੀਕ ਹੈ। ਸੋ ਕਿਹੜਾ ਵਾ ਜੀ? ਰਿੰਗ ਵੇਦ ਜਾਂ ਰਿਗ ਵੇਦ, ਟਿੱਪੀ ਨਾ ਪਾਇਓ। ਨੈਕਸਟ ਆ ਜੀ ਕੰਦਾਬਰੀ ਪੁਸਤਕ ਦਾ ਲੇਖਕ ਕੌਣ ਹੈ, ਠੀਕ ਹੈ। ਸੋ ਕੌਣ ਹੈ ਜੀ? ਬਾਣ ਭੱਟ। ਨੈਕਸਟ ਆਜੂਗਾ ਜੀ ਆਪਣਾ, ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਡੈਸ਼ ਈਸਵੀ ਵਿੱਚ ਕੀਤਾ, ਠੀਕ ਹੈ। ਸੋ ਕਦੋਂ ਕੀਤਾ ਜੀ? 1604 ਵਿੱਚ। ਨੈਕਸਟ ਹੈਗਾ ਜੀ ਡੈਸ਼ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਸੀ ਕੌਣ ਸੀਗਾ ਜੀ? ਸਿਰਾਜ ਉਦ ਦੌਲਾ। ਨੈਕਸਟ ਕਰਦੇ ਹਾਂ ਜੀ, ਨੌਜਵਾਨ ਭਾਰਤ ਸਭਾ ਦੀ ਸੰਸਥਾਪਨਾ ਡੈਸ਼ ਦੁਆਰਾ ਕੀਤੀ ਗਈ, ਠੀਕ ਹੈ। ਕਿਹਦੇ ਦੁਆਰਾ ਕੀਤੀ ਗਈ? ਭਗਤ ਸਿੰਘ ਦੁਆਰਾ 1926 ਵਿੱਚ। ਨੈਕਸਟ ਕਰਦੇ ਹਾਂ ਜੀ, ਸਿੰਧ ਘਾਟੀ ਦੀ ਸੱਭਿਅਤਾ ਡੈਸ਼ ਲਿਪੀ ਚਿੱਤਰਮਈ ਹੈ। ਸੋ ਇਹਦਾ ਆਂਸਰ ਆਜੂਗਾ ਜੀ ਆਪਣਾ ਸਹੀ। ਨੈਕਸਟ ਹੈਗਾ ਜੀ, ਮਹਾਤਮਾ ਬੁੱਧ ਜੀ ਨੇ ਅਸ਼ਟਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਸੋ ਇਹਦਾ ਆਂਸਰ ਹੈਗਾ ਜੀ ਸਹੀ। ਨੈਕਸਟ ਹੈਗਾ ਜੀ, ਸ਼੍ਰੀ ਗੁਰੂ ਰਾਮਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਜੀ, ਇਹਦਾ ਆਂਸਰ ਗਲਤ ਆ। ਇਹਦਾ ਆਂਸਰ ਹੈਗਾ ਜੀ ਆਪਣਾ ਅਮਰਦਾਸ ਜੀ। ਜਹਾਂਗੀਰ ਨੇ ਆਗਰਾ ਵਿਖੇ ਤਾਜ ਮਹਿਲ ਦਾ ਨਿਰਮਾਣ ਕਰਾਇਆ, ਇਹਦਾ ਆਂਸਰ ਹੈਗਾ ਜੀ ਗਲਤ। ਇਹ ਅਕਬਰ ਨੇ ਬਣਾਇਆ ਸੀਗਾ ਜੀ ਤਾਜ ਮਹਿਲ। ਨੈਕਸਟ ਹੈ ਜੀ, ਨਾਮਧਾਰੀ ਲਹਿਰ ਦੀ ਸਥਾਪਨਾ ਬਾਬਾ ਰਾਮ ਸਿੰਘ ਜੀ ਨੇ ਕੀਤੀ, ਜਿਹਨਾਂ ਨੂੰ ਆਪਾਂ ਕੁੱਕਾ ਵੀ ਕਹਿ ਦਿੰਦੇ ਹਾਂ। ਸੋ ਇਹਦਾ ਆਂਸਰ ਹੈਗਾ ਜੀ ਸਹੀ। ਨੈਕਸਟ ਕਰਦੇ ਹਾਂ ਜੀ, ਸੋ ਆਪਣੇ ਕੋਲ ਆਜੂਗਾ ਜੀ ਆਪਾਂ ਨੂੰ 5 ਕੁਸ਼ਚਨ ਕਰਨੇ ਆ, ਠੀਕ ਹੈ, ਇਹਨਾਂ ਵਿੱਚੋਂ ਜੋ ਕਿ ਹੋਣਗੇ 3-3 ਨੰਬਰਾਂ ਦੇ। ਸੋ ਚਲੋ ਕਰਦੇ ਹਾਂ। ਪਹਿਲਾ ਹੈਗਾ ਜੀ, ਸਿੰਧ ਘਾਟੀ ਸੱਭਿਅਤਾ ਦੇ ਪਤਨ ਦੇ 3 ਕਾਰਨ ਦੱਸੋ। ਮਹਾਵੀਰ ਜੈਨ ਦੀਆਂ ਸਿੱਖਿਆਵਾਂ ਬਾਰੇ ਦੱਸੋ। ਮੌਰੀਆ ਸਮਰਾਜ ਦੇ ਪਤਨ ਬਾਰੇ 3 ਗੱਲਾਂ ਲਿਖੋ। ਸੂਫੀਆਂ ਦੇ ਬੁਨਿਆਦੀ ਵਿਸ਼ਵਾਸ ਕੀ ਸਨ? ਗੁਰੂ ਤੇਗ ਜੀ ਬਹਾਦਰ ਜੀ ਦੇ ਸ਼ਹੀਦੀ ਦੇ ਕਾਰਨ। ਮਜ਼ਹਰ ਤੋਂ ਕੀ ਭਾਵ ਹੈ? ਸਬਸਿਡੀ ਸਿਸਟਮ ਤੋਂ ਕੀ ਭਾਵ ਹੈ? ਭਾਰਤ ਵਿੱਚ ਰਾਸ਼ਟਰਵਾਦੀ ਦੇ ਉਦੇ ਦਾ ਦੇ 3 ਕਾਰਨ, ਠੀਕ ਹੈ। ਸੋ ਇਹ ਕਰਦੇ ਹਾਂ ਜੀ, ਚਲੋ ਕਰੀਏ। ਸੋ ਸਿੰਧ ਘਾਟੀ ਦੇ ਪਤਨ ਦੇ ਕਾਰਨ ਇਹ ਲਿਖੇ ਹੋਏ ਆ। ਸਿੰਧ ਘਾਟੀ ਸੱਭਿਅਤਾ ਦੇ ਪਤਨ ਦੇ ਨਿਸ਼ਚਿਤ ਰੂਪ ਵਿੱਚ ਕੁਛ ਕਹਿਣਾ ਕਠਿਨ ਹੈ, ਇਸ ਲਈ ਵੱਖ ਵੱਖ ਇਹਦੇ ਮਤਲਬ ਦੱਸੇ ਹੋਏ ਆ, ਠੀਕ ਹੈ, ਰਾਈਆਂ ਦਿੱਤੀਆਂ ਹੋਈਆਂ ਕਿ ਐਵੇਂ ਖਤਮ ਹੋਇਆ ਵਾ। ਸੋ ਸਭ ਤੋਂ ਪਹਿਲਾਂ ਤਾਂ ਹੈਗਾ ਜੀ ਆਰਿਆਂ ਦੇ ਹਮਲੇ। ਕੁਛ ਇਤਿਹਾਸਕਾਰਾਂ ਦਾ ਮੱਤ ਹੈ ਕਿ ਆਰਿਆਂ ਦੇ ਹਮਲੇ ਕਾਰਨ ਸਿੰਧ ਘਾਟੀ ਸੱਭਿਅਤਾ ਦਾ ਵਿਨਾਸ਼ ਹੋਇਆ। ਰਿੰਗਵੇਦ ਵਿੱਚ ਇਸ ਗੱਲ ਦਾ ਵੀ ਸਬੂਤ ਮਿਲਦਾ ਹੈ ਕਿ ਆਰਿਆਂ ਮੁੱਖ ਦੇਵਤਾ ਇੰਦਰ ਦੁਸ਼ਮਣ ਦੇ ਕਿਲੇ ਨੂੰ ਬਰਬਾਦ ਕਰਨ ਲਈ ਪ੍ਰਾਰਥਨਾ ਕਰਦੇ ਸੀ। ਇੰਦਰ ਦੁਆਰਾ ਬਰਬਾਦ ਕੀਤੇ ਗਏ ਕਈ ਕਿਲੇ ਵੀ ਮਿਲਦੇ ਹਨ। ਨੈਕਸਟ ਆਜੂਗਾ ਜੀ ਆਪਣਾ ਹੜ੍ਹ। ਹੜ੍ਹ ਵੀ ਬਹੁਤ ਇੱਥੇ ਆਉਂਦੀ ਸੀਗੀ, ਸੋ ਇਹ ਵੀ ਆ। ਭੁਚਾਲ, ਠੀਕ ਹੈ, ਭੁਚਾਲ ਵੀ ਬਹੁਤ ਆਉਂਦੀ ਸੀ ਅੱਗ ਦੇ ਵੀ। ਕੁਛ ਵਿਦਵਾਨਾਂ ਦਾ ਮਾਨ ਹੈ ਕਿ ਇੱਥੇ ਅੱਗ ਲੱਗੀ ਸੀ ਜਿਸ ਕਰਕੇ ਖਤਮ ਹੋ ਗਿਆ। ਬਦਲਦੀ ਜਲਵਾਯੂ, ਠੀਕ ਹੈ, ਡਾਕਟਰ ਵੀਲਰ ਨੇ ਸੋ ਇੱਥੇ ਜਲਵਾਯੂ ਦਾ ਵੀ ਆ। ਸੋ ਇੱਥੇ ਮਿੱਟੀ ਦੀਆਂ ਪਰਤਾਂ ਵੀ, ਮਹਾਂਵਾਰੀ, ਕੋਈ ਮਹਾਂਵਾਰੀ ਵੀ ਆ ਸਕਦੀ ਆ, ਠੀਕ ਹੈ। ਕੁਛ ਵਿਦਵਾਨਾਂ ਦੇ ਅੰਦਾਜ਼ੇ ਐਵੇਂ ਆ, ਠੀਕ ਹੈ, ਸੋ ਇਹ ਦੱਸਦੇ ਨੇ ਮਹਾਂਵਾਰੀ ਵੀ ਆ ਸਕਦੀ ਹੈ ਕੋਈ, ਜਿਵੇਂ ਕਰੋਨਾ ਆ ਸੀ। ਸੋ ਹੁਣ ਕਰਦੇ ਜੀ ਨੈਕਸਟ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਮਹਾਂਵੀਰ ਜੈਨ ਦੀਆਂ ਸਿੱਖਿਆਵਾਂ। ਮਹਾਂਵੀਰ ਜੈਨ ਦਾ ਧਰਮ ਸਿੱਖਿਆਵਾਂ ਦਾ ਬਹੁਤ ਸਰਲ ਹੈ। ਇਸ ਨੇ ਲੋਕਾਂ ਨੂੰ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ ਹੈ, ਠੀਕ ਹੈ। ਆਪਾਂ ਭਾਈਚਾਰਾ ਵਗੈਰਾ ਵਗੈਰਾ ਲਿਖਦੇ ਨਾ। ਫਿਰ ਤ੍ਰਿਰਤਨ, ਤ੍ਰਿਰਤਨ 'ਚ ਕੀ ਆ ਜਾਂਦੀ ਹੈ ਜੀ? ਸੱਚੀ ਸ਼ਰਧਾ, ਸੱਚਾ ਗਿਆਨ, ਸੱਚਾ ਆਚਰਣ, ਠੀਕ ਹੈ। ਸੋ ਨੈਕਸਟ ਕਰਦੇ ਹਾਂ ਜੀ ਅਹਿੰਸਾ। ਅਹਿੰਸਾ ਨਹੀਂ ਮਤਲਬ ਅਹਿੰਸਾ ਕਰਨੀ ਆ, ਠੀਕ ਹੈ, ਹਿੰਸਾ ਨਹੀਂ ਕਰਨੀ, ਅਹਿੰਸਾ ਕਰਨੀ ਆ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਉਹਨਾਂ ਨੇ ਕਠੋਰ ਤਪ 'ਤੇ ਜ਼ੋਰ ਦਿੱਤਾ ਵਾ ਜੀ, ਠੀਕ ਹੈ। 5 ਅਨੁਵਾਰਤ, ਠੀਕ ਹੈ। ਸੋ 5 ਅਨੁਵਾਰਤ ਕੀ ਆ ਜੀ? ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਉਸਨੂੰ ਅਹਿੰਸਾ ਦੀ ਨੀਤੀ 'ਤੇ ਚੱਲਣਾ ਚਾਹੀਦਾ ਹੈ, ਉਸਨੂੰ ਕੋਈ ਵੀ ਅਜਿਹੀ ਵਸਤੂ, ਠੀਕ ਹੈ, ਸੋ ਮਨੁੱਖ ਨੂੰ ਦਾਨ ਕਰਨਾ ਚਾਹੀਦਾ ਹੈ ਲਿਖਿਆ ਹੋਇਆ, ਉਸਨੂੰ ਆਪਣੇ ਕੋਲ ਧਨ ਨਹੀਂ ਰੱਖਣਾ ਚਾਹੀਦਾ ਵਾ,
ਠੀਕ ਹੈ, ਉਸ ਨੂੰ ਬ੍ਰਹਮਚਾਰੀ ਦਾ ਪਾਲਣਾ ਕਰਨਾ ਚਾਹੀਦਾ ਵਾ, ਇਹ ਲਿਖਿਆ ਹੋਇਆ ਵਾ। ਅਤੇ ਨੈਕਸਟ ਹੈਗਾ ਜੀ ਸਮਾਨਤਾ ਵਿੱਚ ਵਿਸ਼ਵਾਸ, ਮਤਲਬ ਸਾਰਿਆਂ 'ਚ ਸਮਾਨਤਾ ਰੱਖਣੀ ਚਾਹੀਦੀ ਆ। ਕਰਮ ਸਿਧਾਂਤ 'ਤੇ ਵਿਸ਼ਵਾਸ ਕਰਨਾ ਚਾਹੀਦਾ ਵਾ, ਠੀਕ ਹੈ, ਕਰਮਾਂ 'ਤੇ ਜੋ ਤੁਸੀਂ ਕਰੋਗੇ ਉਹ ਤੁਹਾਨੂੰ ਮਿਲੂਗਾ। ਸ਼ੁੱਧ ਆਚਰਣ, ਠੀਕ ਹੈ, ਸ਼ੁੱਧ ਆਚਰਣ ਰੱਖਣਾ ਚਾਹੀਦਾ ਵਾ ਸਾਨੂੰ, ਉਹਨਾਂ ਨੂੰ ਚੋਰੀ ਝੂਠ ਚੁਗਲੀ ਨਫ਼ਰਤ ਦੂਰ ਰਹਿਣਾ ਚਾਹੀਦਾ ਵਾ, ਬਸ ਇਹ ਲਿਖਿਆ ਹੋਇਆ ਵਾ। 24 ਤੀਰਥੰਕਾਂ ਦੀ ਪੂਜਾ, ਮਤਲਬ ਉਹਨਾਂ ਨੂੰ ਮੰਨਣਾ ਚਾਹੀਦਾ ਵਾ, ਠੀਕ ਹੈ। ਸੋ ਯੱਗਾਂ ਬਲੀਆਂ ਆਦਿ ਵਿੱਚ ਅਵਿਸ਼ਵਾਸ, ਠੀਕ ਹੈ, ਉਹਨਾਂ 'ਚ ਵਿਸ਼ਵਾਸ ਨਹੀਂ ਕਰਨਾ। ਵੇਦਾਂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਅਵਿਸ਼ਵਾਸ, ਠੀਕ ਹੈ। ਅਤੇ ਨੈਕਸਟ ਹੈਗਾ ਜੀ ਈਸ਼ਵਰ ਵਿੱਚ ਅਵਿਸ਼ਵਾਸ। ਸੋ ਹੁਣ ਕਰਦੇ ਜੀ ਨੈਕਸਟ, ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨ ਦੇਖ ਲਓ। ਚੰਦਰਗੁਪਤ ਮੌਰੀਆ ਨੇ ਅਸ਼ੋਕ ਨੂੰ ਇੱਕ ਵਿਸ਼ਾਲ ਅਤੇ ਸੰਗਠਿਤ ਸਾਮਰਾਜ ਦੀ ਸਥਾਪਨਾ ਕੀਤੀ। ਇਹ ਹੈਰਾਨੀ ਵਾਲੀ ਗੱਲ ਹੈ ਕਿ ਸਾਮਰਾਜ ਅਸ਼ੋਕ ਦੀ ਮੌਤ ਤੋਂ ਬਾਅਦ 50 ਸਾਲਾਂ ਦੇ ਅੰਦਰ ਹੀ ਪੂਰਨ ਤੌਰ 'ਤੇ ਖੇਰੂ ਖੇਰੂ ਹੋ ਗਿਆ, ਠੀਕ ਹੈ। ਸੋ ਪਹਿਲਾ ਹੈਗਾ ਜੀ ਅਸ਼ੋਕ ਦੀ ਜ਼ਿੰਮੇਵਾਰੀ। ਕੁਝ ਇਤਿਹਾਸਕਾਰਾਂ ਦੀ ਇਹ ਵਿਚਾਰ ਹੈ ਕਿ ਮੌਰੀਆ ਸਾਮਰਾਜ ਦਾ ਪਤਨ ਅਸ਼ੋਕ ਤੋਂ ਹੀ, ਠੀਕ ਹੈ। ਸੋ ਇਹ ਸਾਰਾ ਕੁਛ ਆਜੂ ਅਸ਼ੋਕ ਦੇ ਕਮਜ਼ੋਰ ਉੱਤਰਾਧਿਕਾਰੀ, ਠੀਕ ਹੈ, ਜਿਹੜੇ ਉਹਦੇ ਉੱਤਰਾਧਿਕਾਰੀ ਸੀਗੇ ਉਹ ਕਮਜ਼ੋਰ ਸੀਗੇ, ਠੀਕ ਹੈ। ਸੋ ਨੈਕਸਟ ਕਰਦੇ ਹਾਂ ਜੀ, ਨੈਕਸਟ ਹੈਗਾ ਜੀ ਆਪਣਾ ਥਰਡ, ਵਿਰਾਸਤ ਅਤੇ ਕਾਨੂੰਨ ਦੀ ਅਣਹੋਂਦ, ਠੀਕ ਹੈ। ਵਿਰਾਸਤ ਨਹੀਂ ਸੀਗੀ ਇੱਥੇ, ਕਾਨੂੰਨ ਦੀ ਅਣਹੋਂਦ ਸੀਗੀ ਉਹਨਾਂ ਦੇ ਰਾਜ 'ਚ। ਤਾਨਾਸ਼ਾਹੀ ਸ਼ਾਸਨ, ਠੀਕ ਹੈ, ਤਾਨਾਸ਼ਾਹੀ ਸ਼ਾਸਨ ਸੀਗਾ ਜੀ ਮੌਰੀਆ ਸ਼ਾਸਕਾਂ ਦਾ, ਠੀਕ ਹੈ। ਨੈਕਸਟ ਹੈਗਾ ਜੀ ਵਿਸ਼ਾਲ ਸਾਮਰਾਜ, ਠੀਕ ਹੈ, ਸਾਮਰਾਜ ਬਾਹਲਾ ਵੱਡਾ ਸੀਗਾ ਅਤੇ ਇਹਨੂੰ ਚਲਾਉਣ ਵਾਲੇ ਇੰਨੇ ਯੋਗ ਨਹੀਂ ਸੀਗੇ, ਇਸ ਕਰਕੇ ਵੀ ਰਾਜਧਾਨੀ ਦਾ ਕੇਂਦਰ ਵਿੱਚ ਨਾ ਹੋਣਾ, ਠੀਕ ਹੈ। ਰਾਜਧਾਨੀ ਸੀਗੀ ਜੀ ਉਹ ਕੇਂਦਰ, ਮਤਲਬ ਵਿਚਕਾਰ ਨਹੀਂ ਸੀਗੀ, ਉਹ ਕਿਤੇ ਹੋਰ ਹੀ ਸੀਗੀ। ਮੌਰੀਆ ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀਗੀ, ਠੀਕ ਹੈ, ਮਤਲਬ ਬਿਲਕੁਲ ਐਂਡ 'ਤੇ ਸੀਗੀ। ਕਰਮਚਾਰੀਆਂ ਦੇ ਅੱਤਿਆਚਾਰ, ਠੀਕ ਹੈ, ਜਿਹੜੇ ਕਰਮਚਾਰੀ ਸੀਗੇ ਉਹਨੇ ਲੋਕਾਂ ਪ੍ਰਤੀ ਅੱਤਿਆਚਾਰ ਕਰਦੇ ਸੀਗੇ। ਸਾਮਰਾਜ ਦੀ ਵੰਡ, ਠੀਕ ਹੈ, ਸਾਮਰਾਜ ਦੀ ਵੰਡ ਹੋ ਗਈ, ਠੀਕ ਹੈ, ਐਵੇਂ ਲਿਖਿਆ ਹੋਇਆ। ਆਰਥਿਕ ਸੰਕਟ, ਆਰਥਿਕ ਸੰਕਟ ਵੀ ਬਹੁਤ ਆਏ ਸੀ ਇੱਥੇ। ਸੋ ਹੁਣ ਕਰਦੇ ਜੀ ਨੈਕਸਟ, ਨੈਕਸਟ ਸੀਗੇ ਜੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਕਾਰਨ। ਪਹਿਲਾਂ ਤਾਂ ਹੈਗਾ ਜੀ ਮੁਗਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ, ਠੀਕ ਹੈ, ਅਤੇ ਇਹਨਾਂ ਵਿਚਕਾਲੇ ਦੁਸ਼ਮਣੀ ਸੀਗੀ। ਪਹਿਲਾਂ ਤਾਂ ਕਾਰਨ ਇਹ ਆ, ਬਹੁਤ ਸਾਰੇ ਕਾਰਨ ਮੈਂ ਤੁਹਾਨੂੰ ਸਾਰੇ ਦਿਖਾਉਂਦਾ। ਔਰੰਗਜ਼ੇਬ ਦੀ ਕੱਟੜਤਾ, ਠੀਕ ਹੈ, ਸੋ ਉਹ ਕੱਟੜ ਸੀਗਾ ਆਪਣੇ ਧਰਮ ਪ੍ਰਤੀ, ਇਹ ਸਾਰਾ ਲਿਖਿਆ ਹੋਇਆ। ਸਿੱਖ ਮੱਥ ਦਾ ਪ੍ਰਸਾਰ, ਠੀਕ ਹੈ, ਗੁਰੂ ਤੇਗ ਬਹਾਦਰ ਜੀ ਸਮੇਂ ਸਮੇਂ 'ਤੇ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਸੀ, ਠੀਕ ਹੈ। ਸੋ ਇਸ ਕਰਕੇ ਵੀ ਉਹ ਗੁੱਸੇ 'ਚ ਰਹਿਣ ਲੱਗ ਗਏ। ਰਾਮ ਰਾਏ ਦੀ ਦੁਸ਼ਮਣੀ, ਠੀਕ ਹੈ, ਰਾਮ ਰਾਏ ਨਾਲ ਦੁਸ਼ਮਣੀ ਸੀਗੀ, ਜੋ ਕਿ ਹਰਕ੍ਰਿਸ਼ਨ ਜੀ ਦਾ ਵੱਡਾ ਭਰਾ ਸੀਗਾ, ਠੀਕ ਹੈ, ਜਿਹਨੂੰ ਗੁਰਗੱਦੀ ਨਹੀਂ ਮਿਲੀ ਸੀ, ਇਸ ਕਰਕੇ ਉਹ ਔਰੰਗਜ਼ੇਬ ਨਾਲ ਮਿਲ ਗਿਆ ਸੀਗਾ। ਨੈਕਸਟ ਹੈਗਾ ਜੀ ਨਕਸ਼ਬੰਦੀਆਂ ਦਾ ਪ੍ਰਭਾਵ, ਠੀਕ ਹੈ, ਕਸ਼ਮੀਰੀ ਪੰਡਿਤਾਂ 'ਤੇ ਭਾਰੀ ਅੱਤਿਆਚਾਰ ਸਭ ਤੋਂ ਮੋਸਟ ਵੱਡਾ ਕਾਰਨ ਸੀਗਾ, ਠੀਕ ਹੈ, ਸ਼ਹੀਦੀ ਦਾ। ਸੋ ਹੁਣ ਕਰਦੀ ਜੀ ਨੈਕਸਟ, ਅਤੇ ਸੂਫੀਆਂ ਦੇ ਬੁਨਿਆਦੀ, ਠੀਕ ਹੈ, ਵਿਸ਼ਵਾਸ ਕੀ ਸੀ। ਸੂਫੀਆਂ ਅਨੁਸਾਰ ਅੱਲਾ ਇੱਕ ਹੈ, ਉਹ ਸਰਵ ਸ਼ਕਤੀਮਾਨ ਹੈ। ਅੱਲਾ ਨੂੰ ਪ੍ਰਾਪਤ ਕਰਨ ਲਈ ਪੀਰ ਜਾਂ ਗੁਰੂ ਦਾ ਹੋਣਾ ਜ਼ਰੂਰੀ ਹੈ। ਅੱਲਾ ਨੂੰ ਪ੍ਰਾਪਤ ਕਰਨ ਲਈ ਪ੍ਰੇਮ ਭਾਵਨਾ ਹੋਣੀ ਚਾਹੀਦੀ ਹੈ। ਸੂਫੀ ਅੱਲਾ ਨੂੰ ਖੁਸ਼ ਕਰਨ ਲਈ ਸੰਗੀਤ ਦਾ ਸਹਾਰਾ ਲੈਂਦੇ ਸਨ। ਉਹਨਾਂ ਨੇ ਕਵਾਲੀ ਦੀ ਪਰੰਪਰਾ ਚਲਾਈ। ਉਹ ਜਾਤ ਪਾਤ ਵਿੱਚ ਯਕੀਨ ਨਹੀਂ ਰੱਖਦੇ ਸੀ, ਉਹ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਸਨ। ਸੋ ਦੋਸਤੋ, ਜਿਹੜੀ ਆਪਣੀ ਸਹਾਇਕ ਸੰਧੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਬਸਿਡੀ ਸਨ, ਉਹ ਸੀਗੀ ਜੋ ਵੀ, ਠੀਕ ਹੈ, ਐਕਟ, ਉਹ ਇਹ ਆ, ਠੀਕ ਹੈ, ਇਹਦਾ ਆਂਸਰ, ਠੀਕ ਹੈ। ਸੰਧੀ ਇਹ ਜੀ ਲਾਰਡ ਵੈਲਜ਼ੀ ਨੇ 1798 ਵਿੱਚ ਕੀਤੀ ਸੀਗੀ। ਇਸਦੀਆਂ ਵਿਸ਼ੇਸ਼ਤਾਵਾਂ ਇਹ ਸੀਗੀਆਂ, ਇਹ ਸੰਧੀ ਸ਼ਰਤਾਂ ਮੰਨਣ ਵਾਲੇ ਸ਼ਾਸਕ ਨੂੰ ਆਪਣੇ ਰਾਜਪਤੀ ਅੰਗਰੇਜ਼ਾਂ ਫੌਜ ਰੱਖਣੀ ਪੈਂਦੀ ਹੈ। ਫੌਜ ਦਾ ਸਾਰਾ ਖਰਚ ਸੰਬੰਧਿਤ ਸ਼ਾਸਕ ਦੁਆਰਾ ਦਿੱਤਾ ਜਾਂਦਾ ਹੈ। ਸ਼ਾਸਕ ਦੇ ਦੁਆਰਾ ਇੱਕ ਅੰਗਰੇਜ਼ੀ
ਰੈਜੀਡੈਂਟ ਨਿਯੁਕਤ ਕੀਤਾ ਜਾਂਦਾ ਹੈ। ਸ਼ਾਸਕ ਅੰਗਰੇਜ਼ਾਂ ਦੀ ਮਰਜ਼ੀ ਤੋਂ ਬਿਨਾਂ ਹੋਰ ਕੋਈ ਯੂਰੋਪੀਅਨ ਸ਼ਕਤੀ ਨਾਲ ਸੰਬੰਧ ਨਹੀਂ ਰੱਖ ਸਕਦਾ। ਸੋ ਹੁਣ ਕਰਦੇ ਜੀ ਨੈਕਸਟ। ਸੋ ਇੱਥੇ ਆਪਾਂ 5 ਕੁਸ਼ਚਨ ਕਰ ਲਏ ਨੇ ਜੀ, ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਆ ਜੀ ਆਪਣੇ ਸਰੋਤ ਨਿਰਧਾਰਿਤ ਪ੍ਰਸ਼ਨ। ਜਿਵੇਂ ਤੁਸੀਂ ਦੇਖ ਸਕਦੇ ਹੋ, ਸਤੀ ਪ੍ਰਥਾ ਕਿਸ ਸਦੀ ਵਿੱਚ ਜ਼ਿਆਦਾ ਵੱਧ ਗਈ? ਠੀਕ ਹੈ, ਸੋ ਕਿਹੜੀ ਸਦੀ ਵਿੱਚ? 9ਵੀਂ ਸਦੀ ਵਿੱਚ। ਨੈਕਸਟ ਹੈਗਾ ਜੀ, ਲਾਈਨ ਲਿਖ ਲਿਓ ਤੁਸੀਂ ਚੰਗੀ ਤਰ੍ਹਾਂ। ਸਤੀ ਪ੍ਰਥਾ ਦੇ ਵਧਣ ਦੇ ਕੋਈ ਦੋ ਕਾਰਨ, ਠੀਕ ਹੈ, ਸਤੀ ਪ੍ਰਥਾ ਦੇ ਵਧਣ ਦੇ ਦੋ ਕਾਰਨ ਦੱਸਣੇ ਆਪਾਂ। ਸੋ ਇਹ ਰਿਹਾ ਜੀ ਇੱਥੇ ਜਿਵੇਂ ਆ ਰਹੀ, ਠੀਕ ਹੈ। ਸੋ ਹੁਣ ਕਰਦੇ ਜੀ ਨੈਕਸਟ, ਦਾਸ ਪ੍ਰਥਾ ਵਿੱਚ ਕਿੰਨਾ ਜ਼ਿਆਦਾ ਵਾਧਾ ਕਿਹੜੇ ਸਮੇਂ ਵਿੱਚ ਹੋਇਆ? ਠੀਕ ਹੈ, ਦਾਸ ਪ੍ਰਥਾ। ਸੋ ਇੱਥੇ ਕੀ ਹੋਊਗੀ ਜੀ, ਦਾਸ ਪ੍ਰਥਾ ਪਿਛਲੇ ਸਮੇਂ ਤੋਂ ਪ੍ਰਚਲਿਤ ਸੀ, ਮੱਧ ਵਿੱਚ ਇਹਦਾ ਕਾਫੀ ਪ੍ਰਚਲਿਤ ਹੋਇਆ। ਠੀਕ ਹੈ, ਨੈਕਸਟ ਆ ਜੂਗਾ ਜੀ ਆਪਣਾ, ਦਾਸ ਕਿੱਥੇ ਰਹਿੰਦੇ ਸਨ? ਠੀਕ ਹੈ, ਦਾਸ ਕਿੱਥੇ ਰਹਿੰਦੇ ਸੀਗੇ ਜੀ ਆਪਣੇ? ਸੋ ਇਹ ਰਹਿੰਦੇ ਸੀ ਹੋਰ ਮੰਦਰਾਂ ਵਿੱਚ, ਦਾਸ ਰਹਿੰਦੇ ਸੀਗੇ, ਠੀਕ ਹੈ, ਇੱਥੇ ਹੀ ਰਹਿੰਦੇ ਸੀਗੇ। ਠੀਕ ਹੈ, ਇਹ ਦੇਖ ਲਿਓ ਬਾਕੀ, ਦਾਸਾਂ ਦਾ ਨਿਰਯਾਤ ਕਿਹੜੇ ਦੇਸ਼ਾਂ ਨੂੰ ਜਾਂਦਾ ਸੀ? ਠੀਕ ਹੈ, ਕਿਹੜੇ ਦੇਸ਼ਾਂ ਨੂੰ ਜਾਂਦਾ ਸੀਗਾ ਜੀ? ਪੱਛਮੀ ਦੇਸ਼ਾਂ ਨੂੰ ਜਾਂਦਾ ਸੀ। ਨੈਕਸਟ ਹੈਗਾ ਜੀ ਦੂਜਾ ਪੈਰਾ, ਦੂਜੇ ਪੈਰੇ ਵਿੱਚ ਤੁਸੀਂ ਆਂਸਰ ਦੇਖ ਸਕਦੇ ਹੋ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? ਠੀਕ ਹੈ, 13 ਨਵੰਬਰ 1970 ਵਿੱਚ ਹੋਇਆ, ਗੁਜਰਾਂਵਾਲਾ ਵਿਖੇ। ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਪਿਤਾ ਦਾ ਨਾਂ, ਠੀਕ ਹੈ, ਸੋ ਮਹਾ ਸਿੰਘ ਸੀਗਾ ਅਤੇ ਮਾਤਾ ਜੀ ਦਾ ਨਾਂ ਸੀਗਾ ਰਾਜ ਕੌਰ। ਨੈਕਸਟ ਕਰਦੇ ਹਾਂ ਜੀ ਆਪਣਾ, ਥਰਡ ਹੈਗਾ ਜੀ, ਮਹਾਰਾਜਾ ਰਣਜੀਤ ਸਿੰਘ ਦੇ ਕੋਈ ਦੋ ਗੁਣ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਦੇ ਦੋ ਗੁਣ, ਜਿਵੇਂ ਤੁਸੀਂ ਕਹਿੰਦੇ ਘੋੜਾ ਸਵਾਰੀ ਨਿਪੁੰਨ, ਠੀਕ ਹੈ, ਤਲਵਾਰ ਦੇ ਧਨੀ, ਠੀਕ ਹੈ, ਇਹ ਸੀਗੀਆਂ। ਨੈਕਸਟ ਹੈਗਾ ਜੀ, ਮਹਾਰਾਜਾ ਰਣਜੀਤ ਸਿੰਘ ਦੇ ਦੋ ਗੁਣ ਹੋ ਗਏ। ਗੱਦੀ 'ਤੇ ਬੈਠਣ ਸਮੇਂ ਉਹਨਾਂ ਦੀ ਉਮਰ ਕਿੰਨੀ ਸੀਗੀ? 12 ਵਰ੍ਹਿਆਂ ਦੀ ਸੀਗੀ, ਠੀਕ ਹੈ। ਨੈਕਸਟ ਹੈਗਾ ਜੀ, ਸ਼ਾਸਨ ਪ੍ਰਬੰਧ ਚਲਾਉਣ ਲਈ ਕਿਹਨਾਂ ਦੀ ਮਦਦ ਲੈਂਦੇ ਸੀਗੇ? ਠੀਕ ਹੈ, ਸੋ ਕਿਹਨਾਂ ਦੀ ਲੈਂਦੇ ਸੀਗੇ ਜੀ? ਦੀਵਾਨ ਲਖਪਤ ਰਾਏ, ਸੱਸ ਦੀ ਲੈਂਦੇ ਸੀਗੇ, ਮਹਿਤਾਬ ਕੌਰਨੀ, ਠੀਕ ਹੈ, ਸੋ ਮਾਂ ਦੀ ਲੈਂਦੇ ਸੀ। ਚਲੋ ਹੁਣ ਕਰਦੇ ਨੈਕਸਟ। ਨੈਕਸਟ ਆਜੂਗਾ ਜੀ ਆਪਣਾ, ਕੋਈ ਦੋ ਪ੍ਰਸ਼ਨ ਕਰੋ, ਹਰੇਕ ਪ੍ਰਸ਼ਨ 100 ਜਾਂ 100-150 ਸ਼ਬਦਾਂ ਵਿੱਚ ਦੋ, ਠੀਕ ਹੈ, ਬਹੁਤ ਵੱਡੇ ਹੋਣਗੇ, ਠੀਕ ਹੈ ਜੀ। ਸੋ ਇਹ ਹੋਣਗੇ ਜੀ ਆਪਣੇ 5 ਨੰਬਰ ਦੇ ਕੁਸ਼ਚਨ, ਦੋ ਕਰਨੇ ਆ, 10 ਨੰਬਰ ਦੇ ਹੋਣਗੇ। ਅਸ਼ੋਕ ਦੇ ਥੰਮ ਦੇ ਮੁੱਖ ਸਿਧਾਂਤਾਂ ਬਾਰੇ ਦੱਸੋ, ਇਹ ਕਰਾਂਗੇ ਆਪਾਂ ਇੱਕ ਦਾ, ਅਤੇ ਗੁਪਤ ਕਾਲ ਸੁਨਹਿਰੀ ਕਾਲ ਕਿਉਂ ਜਾਂਦਾ ਇਹ ਕਿਆ ਕਰਾਂਗੇ, ਚਾਰੋ ਹੀ ਕਰਾਂਗੇ, ਚਲੋ ਕਰਦੇ ਹਾਂ। ਥਰਡ ਹੈਗਾ ਜੀ, ਮੁਗਲਾਂ ਦੀ ਮਨਸਬਦਾਰੀ ਪ੍ਰਣਾਲੀ ਬਾਰੇ ਤੁਸੀਂ ਕੀ ਜਾਣਦੇ ਹੋ? ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚੇ ਬਾਰੇ ਤੁਸੀਂ ਦੱਸੋ। ਜਿਵੇਂ ਤੁਸੀਂ ਦੇਖ ਸਕਦੇ ਹੋ, ਗੁਰਦੁਆਰਾ ਸਾਹਿਬ ਦੀ ਦੇਣ, ਠੀਕ ਹੈ, ਸੋ ਗੁਰਦੁਆਰਾ ਸੁਧਾਰ ਲਹਿਰ ਜਾਂ ਅਕਾਲੀ ਲਹਿਰ ਦਾ ਨਾਂ ਕੇਵਲ ਪੰਜਾਬ ਸਗੋਂ ਭਾਰਤੀ ਇਤਿਹਾਸ ਵਿੱਚ ਦੇਣ ਹੈ। ਇਸ ਲਹਿਰ ਦੇ ਦੌਰਾਨ ਅਕਾਲੀਆਂ ਨੇ ਆਪਣੀ ਕੁਰਬਾਨੀਆਂ ਰਾਹੀਂ ਨਵਾਂ ਜੋਸ਼ ਪੈਦਾ ਕੀਤਾ। ਇਸ ਦੌਰਾਨ 4,000 ਅਕਾਲੀ ਸ਼ਹੀਦ ਹੋਏ, 2,000 ਜ਼ਖਮੀ ਅਤੇ 30,000 ਗ੍ਰਿਫਤਾਰ, ਠੀਕ ਹੈ, 15 ਲੱਖ ਜੁਰਮਾਨਾ ਵਸੂਲ ਕੀਤਾ। ਇਹਨਾਂ ਤੋਂ ਇਲਾਵਾ ਸਰਕਾਰ ਨੇ ਮੋਰਚਿਆਂ ਵਿੱਚ ਹਿੱਸਾ ਲੈਣ ਵਾਲੀ ਬੜੀ ਅਕਾਲੀ ਅਤੇ ਅਣਮਨੁੱਖੀ ਜ਼ੁਲਮ ਕੀਤੇ। ਅਕਾਲੀਆਂ ਨੇ ਇਹ ਸਾਰੀਆਂ ਸਜਾਵਾਂ ਹੱਸਦਿਆਂ ਕਬੂਲ ਕਰ ਲਈ। ਉਹਨਾਂ ਦਾ ਅੰਦੋਲਨ ਪੂਰੀ ਹਿੰਸਾ ਅਹਿੰਸਾ 'ਤੇ ਆਧਾਰਿਤ ਸੀ। ਉਹਨਾਂ ਦੀ ਅੰਦੋਲਨ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਬਾਅਦ ਵਿੱਚ ਮਹਾਤਮਾ ਗਾਂਧੀ ਨੂੰ ਜਵਾਬ ਦਿਵਾਉਣ ਲਈ ਇਸ ਸਿਧਾਂਤ ਦੀ ਵਰਤੋਂ ਕੀਤੀ। ਚਲੋ ਹੁਣ ਕਰਦੇ ਹਾਂ ਨੈਕਸਟ। ਨੈਕਸਟ ਹੈਗਾ ਜੀ ਥੰਬ ਜੀ ਆਪਣੇ ਅਸ਼ੋਕ ਦੇ, ਵੱਡਿਆਂ ਦਾ ਆਦਰ ਕਰਨਾ, ਠੀਕ ਹੈ, ਸੋ ਆਪਣੇ ਵੱਡਿਆਂ ਦਾ ਆਦਰ ਕਰਦਾ ਸੀਗਾ, ਠੀਕ ਹੈ, ਬ੍ਰਾਹਮਣ ਵਗੈਰਾ ਸਾਰਿਆਂ ਦਾ ਆਦਰ ਕਰਦਾ ਸੀ ਅਸ਼ੋਕ। ਨੈਕਸਟ ਹੈਗਾ ਜੀ ਛੋਟਿਆਂ ਨਾਲ ਪਿਆਰ, ਛੋਟਿਆਂ ਨਾਲ ਪਿਆਰ ਰੱਖਣਾ ਵਾ, ਠੀਕ ਹੈ, ਇਹਦੇ ਵਿੱਚ ਆਜੂਗਾ ਜੀ। ਅਤੇ ਨੈਕਸਟ ਆਜੂ ਜੀ ਸੱਚ ਬੋਲਣਾ ਜੀ ਹਮੇਸ਼ਾ, ਅਹਿੰਸਾ ਕਰਨੀ ਆ, ਠੀਕ ਹੈ, ਨਹੀਂ ਹਿੰਸਾ ਨਹੀਂ ਕਰਨੀ, ਅਹਿੰਸਾ ਕਰਨੀ ਆ।
ਜ਼ਿੰਦਗੀ ਵਿੱਚ ਦਾਨ ਦੇਣਾ ਵਾ, ਚੈਰਿਟੀ ਕਰਨੀ ਆ, ਠੀਕ ਹੈ। ਸੋ ਪਵਿੱਤਰ ਜੀਵਨ ਜੀਣਾ ਝੂਠ ਹੰਕਾਰ ਈਰਖਾ ਗੁੱਸਾ ਨੇਕ ਬੁਰਾਈਆਂ ਦੀ ਜੜ੍ਹ ਹੈ, ਠੀਕ ਹੈ। ਸੋ ਇਹਨਾਂ ਨੂੰ ਨਹੀਂ ਕਰਨਾ। ਸੱਚੇ ਰੀਤੀ ਰਿਵਾਜ਼, ਠੀਕ ਹੈ, ਸੱਚੇ ਰੀਤੀ ਰਿਵਾਜ਼ ਉਸਦੇ ਜਨਮ ਵਿਆਹ, ਠੀਕ ਹੈ, ਸਾਰੇ ਇਹ ਕਰ ਦੇਣਾ ਵਾ। ਧਾਰਮਿਕ ਸਹਿਣਸ਼ੀਲਤਾ, ਠੀਕ ਹੈ, ਧਾਰਮਿਕ ਸਹਿਣਸ਼ੀਲਤਾ ਸਾਰਿਆਂ ਦੇ ਪ੍ਰਤੀ, ਠੀਕ ਹੈ। ਕਰਮ ਦੇ ਸਿਧਾਂਤ 'ਤੇ ਚੱਲਣਾ ਵਾ, ਠੀਕ ਹੈ, ਜੋ ਤੁਸੀਂ ਕਰੋਗੇ ਉਹੀ ਤੁਹਾਨੂੰ ਮਿਲੇਗਾ। ਮਨਸਬਦਾਰੀ ਕੀ ਸੀ, ਠੀਕ ਹੈ, ਮਨਸਬਦਾਰੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਮਨਸਬਦਾਰੀ ਉਹ ਪ੍ਰਬੰਧ ਸੀ ਜਿਸ ਦੁਆਰਾ ਕਰਮਚਾਰੀਆਂ ਦਾ ਅਹੁਦਾ, ਆਮਦਨ ਅਤੇ ਦਰਬਾਰ ਵਿੱਚ ਥਾਂ ਨਿਸ਼ਚਿਤ ਕੀਤੀ ਜਾਂਦੀ ਸੀ। ਸੋ ਇਹ ਆ ਜੀ, ਅਤੇ ਇਹਦਾ ਦੇਖ ਲਿਓ ਕੁਛ ਪੁਆਇੰਟ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਮਨਸਬਦਾਰੀਆਂ ਦੀਆਂ ਸ਼੍ਰੇਣੀਆਂ ਸੀਗੀਆਂ ਜਿਹੜੀਆਂ, ਜਾਤ ਅਤੇ ਸਵਾਰ ਅਹੁਦਾ ਸੀਗਾ ਜੀ, ਅਤੇ ਮਨਸਬਦਾਰ ਦੇ ਕਰਤੱਵ ਤਨਖਾਹ ਇੰਨੀ ਹੁੰਦੀ ਸੀਗੀ, ਮਨਸਬਦਾਰ ਦੇ ਪ੍ਰਣਾਲੀ ਦੇ ਦੋਸ਼, ਠੀਕ ਹੈ, ਅਤੇ ਮਨਸਬਦਾਰ ਪ੍ਰਣਾਲੀ ਦੇ ਗੁਣ, ਠੀਕ ਹੈ। ਕੁਸ਼ਚਨ ਕਾਹਦੇ ਬਾਰੇ ਸੀ ਪਤਾ ਨਹੀਂ, ਆਪਾਂ ਬਸ ਆਂਸਰ ਦਿਖਾ ਤਾ। ਗੁਪਤ ਕਾਲ ਦਾ ਸੁਨਹਿਰੀ ਯੁੱਗ, ਠੀਕ ਹੈ, ਗੁਪਤ ਕਾਲ ਵਣਜ ਵਿਗਿਆਨ ਸਿੱਖਿਆ ਦਾ ਬਹੁਤ ਵਧੀਆ ਸੁਨਹਿਰੀ ਯੁੱਗ ਸੀਗਾ, ਠੀਕ ਹੈ, ਭਾਰਤ ਦਾ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ ਇਹਨੂੰ। ਰਾਜਨੀਤਿਕ ਏਕਤਾ, ਠੀਕ ਹੈ, ਰਾਜਨੀਤਿਕ ਏਕਤਾ ਸੀਗੀ ਜੀ ਇਹਨਾਂ 'ਚ। ਸੋ ਨੈਕਸਟ ਹੈਗਾ ਜੀ ਚੰਗਾ ਸ਼ਾਸਨ ਪ੍ਰਬੰਧ ਸੀਗਾ ਜੀ ਇਹਨਾਂ ਦਾ, ਅਤੇ ਥਰਡ ਹੈਗਾ ਵਿਗਿਆਨ ਵਿੱਚ ਉੱਚ ਉੱਨਤੀ, ਸਿਹਤ ਦੀ ਸਾਹਿਤ ਦੀ ਉੱਨਤੀ, ਠੀਕ ਹੈ। ਸੋ ਵਣਜ ਵਪਾਰ ਵਿੱਚ ਉੱਨਤੀ, ਕਲਾ ਦਾ ਵਿਕਾਸ, ਠੀਕ ਹੈ, ਹਿੰਦੂ ਧਰਮ ਦੀ ਪੂਰਨ ਜਾਗ੍ਰਿਤੀ, ਧਰਮ ਸਹਿਣਸ਼ੀਲਤਾ। ਨੈਕਸਟ ਆ ਜੂ ਜੀ ਸਮਾਜਿਕ ਖੇਤਰ ਵਿੱਚ ਉੱਨਤੀ, ਭਾਰਤੀ ਸੰਸਕ੍ਰਿਤ ਵਿੱਚ ਵਿਦੇਸ਼ਾਂ ਵਿੱਚ ਪ੍ਰਚਾਰ। ਸੋ ਇਹ ਆ ਜੀ ਇਹ 'ਚ, ਅਤੇ ਹੁਣ ਕਰਦੇ ਜੀ ਨੈਕਸਟ। ਸੋ ਹੋ ਗਏ ਜੀ ਆਪਣੇ, ਅਤੇ ਆਪਣੇ ਲਾਸਟ 'ਤੇ ਆਜੂਗਾ ਜੀ ਨਕਸ਼ਾ। ਨਕਸ਼ਾ ਆਪਾਂ ਕਰਾਂਗੇ ਸਿੰਧ ਘਾਟੀ ਵਾਲਾ, ਸਿੰਧ ਘਾਟੀ ਵਾਲਾ ਹੀ ਤੁਹਾਨੂੰ ਆਊਗਾ। ਦਿੱਤੇ ਗਏ ਨਕਸ਼ੇ ਵਿੱਚ ਸਿੰਧ ਘਾਟੀ ਦੇ ਮੁੱਖ ਚਿੱਤਰ ਦਰਸਾਉਣੇ ਆ, ਠੀਕ ਹੈ। ਉਹਨਾਂ ਨੇ ਨਾਲ ਚਿੱਤਰ ਦਰਸਾ ਕੇ ਉਹਦੀ ਥਾਂ ਦੀ ਬਾਰੇ 25 ਜਾਂ 20 ਸ਼ਬਦ ਲਿਖਣੇ ਵੀ ਆ, ਠੀਕ ਹੈ। ਸੋ 10 ਨੰਬਰ ਹੋਣਗੇ ਸਾਨੂੰ 5 ਸਥਾਨ ਭਰਨ ਦੇ, ਅਤੇ ਇੱਕ ਇੱਕ ਨੰਬਰ ਹੋਊਗਾ ਜੀ ਉਹਨਾਂ ਦਾ 20-25 ਸ਼ਬਦ ਲਿਖਣ ਦਾ। ਚਲੋ ਕਰਦੇ ਹਾਂ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ 5 ਸਥਾਨ ਭਰਨੇ ਅਤੇ ਉਹਨਾਂ ਬਾਰੇ ਦੱਸਣਾ ਵਾ। ਸੋ ਜਿਵੇਂ ਪਹਿਲਾ ਹੈਗਾ ਜੀ ਰੋਪੜ, ਰੋਪੜ ਹੈਗਾ ਜੀ ਆਪਣੇ ਪੰਜਾਬ 'ਚ, ਠੀਕ ਹੈ। ਸੋ ਇੱਥੇ ਲਾ ਲਿਓ। ਅਤੇ ਕਾਲੀਬੰਗਾ ਹੈਗਾ ਜੀ ਆਪਣਾ ਰਾਜਸਥਾਨ 'ਚ, ਜਿੱਥੇ ਕਾਲੀਬੰਗਾ ਮਿਲੀਆਂ ਸੀਗੀਆਂ, ਸੋ ਇੱਥੇ ਆ ਜੀ। ਅਤੇ ਚੌਥਾ ਹੈਗਾ ਜੀ ਲੋਥਲ, ਲੋਥਲ ਹੈਗਾ ਜੀ ਆਪਣਾ ਇੱਥੇ, ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਅਤੇ ਹੜੱਪਾ ਹੈਗਾ ਜੀ ਇੱਥੇ, ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਠੀਕ ਹੈ। ਸੋ ਹੋਰ ਵੀ ਨੇ ਇੱਥੇ, ਚੂਹਨ ਜੋਦੜੋ, ਠੀਕ ਹੈ, ਆ ਰਿਹਾ ਮੋਹਨ ਜੋਦੜੋ, ਇੱਦਾਂ ਹੀ ਆ। ਸੋ ਦੇਖ ਲਿਓ, ਅਤੇ ਬਾਕੀ ਮੈਂ ਦੱਸ ਦਿੰਦਾ ਤੁਹਾਨੂੰ ਕੀ ਸ਼ਬਦ ਲਿਖਣੇ ਆ। ਹੜੱਪਾ ਪੱਛਮੀ ਪੰਜਾਬ ਵਿੱਚ ਆ, ਠੀਕ ਆ। ਸੋ ਇਹ 1921 ਵਿੱਚ ਮਿਲਿਆ ਸੀਗਾ, ਇਹ ਸਿੰਧ ਘਾਟੀ ਦਾ ਸਭ ਤੋਂ ਵੱਡਾ ਸ਼ਹਿਰ ਆ। ਅਤੇ ਮੋਹਨ ਜੋਦੜੋ ਵਿੱਚ ਇਸ਼ਨਾਨ ਘਰ ਮਿਲਿਆ ਸੀ, ਬਸ ਇਹ ਲਿਖ ਦਿਓ, ਠੀਕ ਹੈ। ਚੂਹਨ ਜੋਦੜੋ 'ਚ ਲਿਖ ਦਿਓ ਜੀ, ਇੱਥੇ ਤਾਂਬੇ ਤੂੰਬੇ ਬਹੁਤ ਸਾਰੀਆਂ ਸੰਸਕ੍ਰਿਤੀਆਂ ਮਿਲੀਆਂ ਸੀਗੀਆਂ, ਠੀਕ ਹੈ। ਅਤੇ ਹੋਰ ਮੈਂ ਦੱਸ ਦਿੰਦਾ ਤੁਹਾਨੂੰ ਜਿਹੜੇ ਮੈਂ ਦੱਸੇ ਆ। ਕਾਲੀਬੰਗਾ, ਇੱਥੇ ਕਾਲੀਬੰਗਾ ਮਿਲੀਆਂ ਸੀਗੀਆਂ, ਬਹੁਤ ਸੌਖਾ, ਠੀਕ ਹੈ, ਤੁਸੀਂ ਲਿਖ ਦਿਓ। ਲੋਥਲ ਇੱਕ ਬੰਦਰਗਾਹ ਸੀਗੀ ਜਿਹਦੇ ਨਾਲ ਇਹ ਵਪਾਰ ਕਰਦੇ ਸੀਗੇ, ਠੀਕ ਹੈ। ਇਹ ਸਾਰਾ ਤੁਸੀਂ ਲਿਖ ਦੇਣਾ ਵਾ। ਅਤੇ ਹੁਣ ਕਰਦੇ ਹਾਂ ਜੀ ਵੀਡੀਓ ਖਤਮ। ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ, ਚੈਨਲ ਕਰ ਦਿਓ ਸਬਸਕ੍ਰਾਈਬ। ਚਲੋ ਦੋਸਤੋ, ਚੰਗਾ, ਬਾਏ।